ਘਰ ਦਾ ਮਸਲਾ ਕਿੱਦਾਂ ਹੋ ਸਕਦਾ? ਘਰ ਦੇ ਵਿੱਚ ਜਿਹੜੀਆਂ ਕੁੜੀਆਂ ਨੇ, ਤੁਸੀਂ ਉਹਨਾਂ ਦੇ ਕਮਰਿਆਂ 'ਚ ਬਿਨਾਂ ਦੱਸੇ ਉਹਨਾਂ ਨੂੰ ਚਲੇ ਜਾਓਗੇ? ਉਹ ਆਪਣੇ ਚਿਹਰੇ ਛੁਪਾ ਰਹੇ ਸੀ, ਆਪਣਾ ਕੁਛ ਪਿੱਛੇ ਪਿੱਛੇ ਡਰਦੇ ਮਾਰੇ ਜਾ ਰਹੇ ਸੀ ਕਿ ਸਾਨੂੰ ਇਹਨਾਂ ਨੇ ਕਾਲਜ 'ਚੋਂ ਕੱਢ ਦੇਣਾ ਹੈ। ਕਹਿੰਦੇ ਕਿ ਸਾਡੇ ਲੜਕੀਆਂ ਦੇ ਰੂਮ ਦੇ ਵਿੱਚ ਜਾ ਕੇ ਵਿਦਆਊਟ ਪਰਮਿਸ਼ਨ, ਵਿਦਆਊਟ ਟੈਲਿੰਗ ਦੈਮ, ਔਰ ਸਾਡੇ ਕੱਪੜਿਆਂ ਦੇ ਉੱਤੇ ਵੀ ਇਹਨਾਂ ਨੇ ਬੜੇ ਭੱਦੇ ਜਿਹੜੇ ਨੇ ਸ਼ਬਦ ਕਹੇ ਨੇ। ਸਾਡੇ ਘਰ ਦੇ ਵਿੱਚ ਪੇਰੈਂਟਸ ਨੂੰ ਫੋਨ ਕੀਤਾ ਜਾ ਰਿਹਾ ਕਿ ਅਗਰ ਤੁਹਾਡੇ ਬੱਚੇ ਜਿਹੜੇ ਆ ਇਸ ਐਜੀਟੇਸ਼ਨ ਤੋਂ ਖਤਮ ਨਹੀਂ ਕਰਦੇ, ਅਸੀਂ ਉਹਨਾਂ ਨੂੰ ਰੈਸਟੀਕੇਟ ਕਰ ਦਾਂਗੇ। ਅਗਰ VC ਅੜੇ ਹੋਏ ਸੀਗੇ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਕੋਈ ਗਲਤ ਸ਼ਬਦਾਵਲੀ ਨਹੀਂ ਕੀਤੀ, ਆਈ ਥਿੰਕ VC ਸ਼ੁੱਡ ਬੀ ਰਿਮੂਵਡ ਇਮੀਡੀਏਟਲੀ। ਪਟਿਆਲਾ ਦੇ ਵਿੱਚ ਲਾ ਯੂਨੀਵਰਸਿਟੀ ਦਾ ਮਸਲਾ ਲਗਾਤਾਰ ਭਖਦਾ ਜਾ ਰਿਹਾ ਔਰ ਹੁਣ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਔਰ ਮੰਗ ਕੀਤੀ ਗਈ ਹੈ ਕਿ VC ਨੂੰ ਤੁਰੰਤ ਪ੍ਰਭਾਵ ਤੇ ਹਟਾਇਆ ਜਾਵੇ, ਕਿਉਂਕਿ ਕੱਲ ਮਹਿਲਾ ਕਮਿਸ਼ਨ ਉੱਥੇ ਗਏ ਵੀ ਸੀਗੇ, ਗੱਲਬਾਤ ਵੀ ਕੀਤੀ ਸੀ, ਮਸਲਾ ਵੀ ਪੂਰਾ ਸੁਣਿਆ ਸੀਗਾ ਔਰ ਗੱਲਬਾਤ ਕਰ ਲੈਂਦੇ ਹਾਂ ਮੈਮ ਨਾਲ। ਮੈਮ, ਕੱਲ ਤੁਸੀਂ ਖੁਦ ਵਿਜ਼ਿਟ ਕੀਤੀ, ਪੂਰਾ ਮਸਲਾ ਦੇਖਿਆ, ਸਟੂਡੈਂਟ ਨਾਲ ਗੱਲਬਾਤ ਕੀਤੀ, ਅੱਜ ਤੁਰੰਤ ਪ੍ਰਭਾਵ ਤੇ ਤੁਸੀਂ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕਹਿ ਰਹੇ ਹੋ ਕਿ VC ਬਦਲੋ, ਵਜ੍ਹਾ ਕੀ ਹੈ? ਹਾਂਜੀ, ਕਿਉਂਕਿ ਕੱਲ ਜਦੋਂ ਮੈਂ ਗਈ ਸੀ ਮੈਂ ਸਟੂਡੈਂਟਸ ਨਾਲ ਗੱਲ ਕੀਤੀ ਔਰ ਉਹਨਾਂ ਨੇ ਮੈਨੂੰ ਸਾਰੀਆਂ ਆਪਣੀਆਂ ਜਿਹੜੀਆਂ ਗ੍ਰੀਵੈਂਸਸ ਨੇ ਸਾਰੀਆਂ ਦੱਸੀਆਂ ਕਿ ਪਹਿਲਾਂ ਇਹ ਇਕੱਲੇ ਸਾਡੇ ਕੋਲ ਉੱਥੇ ਉੱਪਰ ਆਏ ਸੀਗੇ ਵਿਦਆਊਟ ਅਨਾਊਂਸਮੈਂਟ, ਫਿਰ ਉਹਨਾਂ ਦੇ ਨਾਲ ਵਾਰਡਨ ਵੀ ਆਈ ਹੈ, ਬਟ ਦ ਪ੍ਰੋਬਲਮ ਇਜ਼ ਦਿਸ, ਉਹ ਕਹਿੰਦੇ ਕਿ ਸਾਡੇ ਲੜਕੀਆਂ ਦੇ ਰੂਮ ਦੇ ਵਿੱਚ ਜਾ ਕੇ ਵਿਦਆਊਟ ਪਰਮਿਸ਼ਨ, ਵਿਦਆਊਟ ਟੈਲਿੰਗ ਦੈਮ, ਔਰ ਸਾਡੇ ਕੱਪੜਿਆਂ ਦੇ ਉੱਤੇ ਵੀ ਇਹਨਾਂ ਨੇ ਬੜੇ ਭੱਦੇ ਜਿਹੜੇ ਨੇ ਸ਼ਬਦ ਕਹੇ ਨੇ। ਉਹਨਾਂ ਦੀਆਂ ਹੋਰ ਵੀ ਬੜੀ ਗ੍ਰੀਵੈਂਸਸ ਸੀਗੀਆਂ ਕਿ ਸਾਨੂੰ ਠੀਕ ਤਰ੍ਹਾਂ ਟ੍ਰੀਟ ਨਹੀਂ ਕੀਤਾ ਜਾਂਦਾ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸਾਡੇ ਜਿਹੜੇ ਨੇ ਪੋਲੀਟੀਕਲ ਪ੍ਰੈਸ਼ਰ ਪਾਇਆ ਜਾ ਰਿਹਾ, ਸਾਡੇ ਘਰ ਦੇ ਵਿੱਚ ਪੇਰੈਂਟਸ ਨੂੰ ਫੋਨ ਕੀਤਾ ਜਾ ਰਿਹਾ ਕਿ ਅਗਰ ਤੁਹਾਡੇ ਬੱਚੇ ਜਿਹੜੇ ਆ ਇਸ ਐਜੀਟੇਸ਼ਨ ਤੋਂ ਖਤਮ ਨਹੀਂ ਕਰਦੇ, ਅਸੀਂ ਉਹਨਾਂ ਨੂੰ ਰੈਸਟੀਕੇਟ ਕਰ ਦਾਂਗੇ। ਮੈਂ VC ਨਾਲ ਗੱਲ ਕੀਤੀ ਤਾਂ VC ਟੋਟਲੀ ਡਿਨਾਈਡ ਕਿ ਇਹ ਸਾਰਾ ਕੁਝ ਹੋਇਆ ਆ। ਹੀ ਸੈਡ ਕਿ ਮੈਂ ਗਿਆ ਸੀ ਜਿਹਨੂੰ ਸਟੂਡੈਂਟ ਦੀ ਰੈਕਮੈਂਡੇਸ਼ਨ ਦੇ ਉੱਤੇ ਕਿ ਸਾਡੇ ਜਿਹੜੇ ਕਮਰੇ ਦੇਖਿਆ ਜਾਣ, ਆ ਕੇ ਇੰਸਪੈਕਟ ਕੀਤਾ ਜਾਵੇ ਉਹਨਾਂ ਨੂੰ, ਤਾਂ ਕਹਿੰਦਾ ਕਿ ਮੈਂ ਉਸੇ ਦੇ ਹਿਸਾਬ ਦੇ ਨਾਲ ਮੈਂ ਉਹ ਕਮਰੇ ਦੇਖਣ ਲਈ ਗਿਆ ਸੀਗਾ। ਐਂਡ ਹੀ ਡਿਨਾਈਡ ਕਿ ਮੈਂ ਕੋਈ ਵੀ ਗੱਲ ਇਹੋ ਜਿਹੀ ਜਿਹੜੀ ਹੈ ਕੁੜੀਆਂ ਨੂੰ ਕਹੀ ਸੀ ਉਹਨਾਂ ਦੇ ਸ਼ਬਦਾਂ ਦੇ ਉੱਤੇ। ਸੋ ਆਈ ਟੋਲਡ ਹਿਮ ਕਿ ਤੁਸੀਂ ਆਪਣੀ ਜਿਹੜੀ ਹੈ ਕਮੇਟੀ ਬਣਾ ਲਓ, ਇੱਕ ਆਪਣਾ ਜੋ ਵੀ ਤੁਸੀਂ ਮੈਂਬਰਸ ਪਾਉਣਾ ਚਾਹੁੰਦੇ ਹੋ ਆਫਟਰ ਟਾਕਿੰਗ ਟੂ ਦਾ ਸਟੂਡੈਂਟ ਦੈਟ ਦੇ ਆਰ ਸੈਟਿਸਫਾਈਡ ਵਿਦ ਦਾ ਕਮੇਟੀ ਜਿਹੜੀ ਤੁਸੀਂ ਬਿਠਾ ਰਹੇ ਹੋ। ਸਟੂਡੈਂਟਸ ਨੂੰ ਮੈਂ ਫਿਰ ਦੁਬਾਰਾ ਮਿਲੀ ਐਂਡ ਮੈਂ ਉਹਨਾਂ ਨੂੰ ਇਹ ਗੱਲ ਵੀ ਕਹਿ ਕੇ ਆਈ ਸੀ ਕਿ ਦੇਖੋ ਤੁਸੀਂ ਜੋ ਵੀ ਕਹਿੰਦੇ ਹੋ ਤੁਹਾਡੇ ਡਿਮਾਂਡ ਇਹ ਮੰਨਣਗੇ, ਅਪੋਲੋਜਾਈਜ਼ ਕਰਨਗੇ, ਔਰ ਇਹ ਜਿਹੜੀਆਂ ਗੱਲ ਹੈਗੀ ਆ ਵੀ ਜਿਹੜੀ ਉਹ ਕਹਿੰਦੇ ਜੀ ਅਸੀਂ ਮੰਨਦੇ ਨਹੀਂ ਹੈ ਇਸ ਕਮੇਟੀ ਨੂੰ ਜੋ ਇਹ ਬਣਾਉਣਗੇ, ਸਾਡੇ ਲਈ ਤੇ ਬਾਹਰ ਤੋਂ ਕੁਝ ਜੋ ਬੰਦੇ ਪਾਏ ਜਾਣੇ ਚਾਹੀਦੇ ਨੇ ਤਾਂ ਕਿ ਉਹ ਨਿਊਟਰਲ ਰਹਿਣ, ਨਾ ਕਿ ਜਿਹੜੇ ਫੈਕਲਟੀ ਮੈਂਬਰਸ ਹੋਣਗੇ। ਆਈ ਕਨਵੇਟ ਦੈਟ ਆਲਸੋ ਟੂ ਦਾ VC। ਸੋ ਅੱਜ ਜਿਹੜਾ ਉਹਨਾਂ ਨੇ ਕਮੇਟੀ ਦਾ ਜਿਹੜਾ ਕੀਤਾ, ਮੈਂ VC ਨਾਲ ਫਿਰ ਗੱਲ ਕੀਤੀ ਆਫਟਰ ਵੇਟਿੰਗ ਟਿਲ 4 o'clock। ਮੈਂ ਉਹਨਾਂ ਨੂੰ ਕਿਹਾ ਸੀਗਾ 4 ਵਜੇ ਤੱਕ ਤੁਸੀਂ ਕਰ ਲਓ। ਮੈਂ ਜਦੋਂ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਨਹੀਂ ਜੀ ਸਾਡੀ ਕਮੇਟੀ ਬਣ ਗਈ ਹੈ। ਆਈ ਆਸਕਡ ਹਿਮ ਕਿ ਤੁਸੀਂ ਸਟੂਡੈਂਟ ਦੇ ਮੁਤਾਬਿਕ ਜੋ ਤੁਸੀਂ ਕਿਹਾ ਸੀ ਉਹਨਾਂ ਨੇ ਕਿ ਸਾਡੇ ਬਾਹਰ ਦੇ ਬੰਦੇ ਪਾ ਤੁਸੀਂ ਪਾਏ, ਉਹਨਾਂ ਨੇ ਨਹੀਂ ਪਾਏ। ਫਿਰ ਸਟੂਡੈਂਟਸ ਦਾ ਮੈਨੂੰ ਫੋਨ ਆਇਆ ਕਿ ਇਹਨਾਂ ਨੇ ਸਾਨੂੰ ਡਾਇਲੋਗ ਲਈ ਬੁਲਾਇਆ ਸੀ ਬਟ ਆਰ ਡਾਇਲੋਗਸ ਆਰ ਫੇਲਡ ਕੰਪਲੀਟਲੀ ਐਂਡ ਵੀ ਡੂ ਨਾਟ ਰਿਕਮੈਂਡ ਕਿ ਇਹ ਬੰਦਾ ਜਿਹੜਾ VC ਨੇ ਸਾਹਿਬ ਨੇ ਇਹ ਕੰਟੀਨਿਊ ਕਰਨ ਇਸ ਚੀਜ਼ ਦੇ ਉੱਤੇ। ਵੀ ਡਿਮਾਂਡ ਕਿ VC ਦਾ ਰੈਜ਼ਿਗਨੇਸ਼ਨ ਇਮੀਡੀਏਟ ਹੋਣਾ ਚਾਹੀਦਾ। ਇਸ ਕਰਕੇ ਆਈ ਆਲਸੋ ਫੈਲਟ ਕਿ ਆਫਟਰ ਗੋਇੰਗ ਦੇਅਰ, ਆਫਟਰ ਉਹਨਾਂ ਦੀ ਜਿਹੜੀ ਗੱਲਬਾਤ ਕਰਾਉਣ ਦੇ ਬਾਵਜੂਦ ਵੀ ਅਗਰ VC ਅੜੇ ਹੋਏ ਸੀਗੇ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਕੋਈ ਗਲਤ ਸ਼ਬਦਾਵਲੀ ਨਹੀਂ ਕੀਤੀ, ਆਈ ਥਿੰਕ VC ਸ਼ੁੱਡ ਬੀ ਰਿਮੂਵਡ ਇਮੀਡੀਏਟਲੀ। ਤੁਸੀਂ ਅੱਜ ਵੀ ਗੱਲਬਾਤ ਕੀਤੀ, ਕੁਝ ਸਟੂਡੈਂਟ ਦੇ ਤੁਹਾਨੂੰ ਅੱਜ ਵੀ ਫੋਨ ਆਏ। ਹਾਂਜੀ, ਤੁਸੀਂ ਰਾਸ਼ਟਰਪਤੀ ਨੂੰ ਹੁਣ ਚਿੱਠੀ ਲਿਖੀ ਹੈ, ਕਹਿ ਰਹੇ ਹੋ ਕਿ VC ਨੂੰ ਤੁਰੰਤ ਪ੍ਰਭਾਵ ਤੇ ਹਟਾਇਆ? ਬਿਲਕੁਲ, ਮੈਂ ਪਹਿਲਾਂ ਹੀ ਉਹਨਾਂ ਨੂੰ ਕਿਹਾ ਸੀਗਾ ਕਿ ਅਗਰ ਇਹ ਮੇਰਾ ਸੈਕਿੰਡ ਸਟੈਪ ਹੀ ਹੈਗਾ ਸੀ ਕਿ ਅਗਰ ਇਹ ਨਹੀਂ ਇਹਨਾਂ ਦੀ ਗੱਲਬਾਤ ਹੁੰਦੀ, VC ਅਪੋਲੋਜਾਈਜ਼ ਨਹੀਂ ਕਰਦੇ ਲੜਕੀਆਂ ਨੂੰ, ਤੇ ਮੈਂ ਆਪਣਾ ਲੈਟਰ ਰਿਕਮੈਂਡੇਸ਼ਨ ਜ਼ਰੂਰ CM ਸਾਹਿਬ ਨੂੰ ਤੇ ਪ੍ਰੈਜ਼ੀਡੈਂਟ ਸਾਹਿਬ ਨੂੰ ਲਿਖੂੰਗੀ, ਵਿਚ ਆਈ ਵਾਜ਼ ਹੋਲਡਿੰਗ ਕਿ 4 ਵਜੇ ਤੱਕ ਸ਼ਾਇਦ ਇਹਨਾਂ ਦਾ ਕੋਈ ਗੱਲ ਬਣ ਜੇ।
ਪਰ ਇਹਨਾਂ ਦੀ ਨਹੀਂ ਬਣੀ ਇਹ ਗੱਲ। ਸੋ ਆਈਵ ਰਿਟਨ ਮਾਈ ਲੈਟਰ ਟੂ ਦਾ ਮਾਈ ਰੈਕਮੈਂਡੇਸ਼ਨ ਟੂ ਦਾ ਪ੍ਰੈਜੀਡੈਂਟ ਆਲਸੋ ਐਂਡ ਆਈਵ ਗਿਵਨ ਦਾ ਕਾਪੀ ਟੂ ਸੀ ਐਮ ਸਾਹਿਬ ਆਲਸੋ ਦੈਟ ਹੀ ਸ਼ੁਡ ਬੀ ਰਿਮੂਵਡ ਇਮੀਡੀਏਟਲੀ। ਕਿਉਂਕਿ ਵੀਸੀ ਦਾ ਤੁਸੀਂ ਬਿਆਨ ਦੇਖਿਆ ਹੋਣਾ, ਉਹ ਕਹਿੰਦੇ ਘਰ ਦਾ ਮਸਲਾ ਅਸੀਂ ਸੁਲਝਾ ਲਾਂਗੇ, ਕੋਈ ਏਡੀ ਗੱਲ ਨਹੀਂ ਹੈਗੀ। ਨਹੀਂ, ਘਰ ਦਾ ਮਸਲਾ ਕਿੱਦਾਂ ਹੋ ਸਕਦਾ? ਘਰ ਦੇ ਵਿੱਚ ਜਿਹੜੀਆਂ ਕੁੜੀਆਂ ਨੇ, ਤੁਸੀਂ ਉਹਨਾਂ ਦੇ ਕਮਰਿਆਂ ਚ ਬਿਨਾਂ ਦੱਸੇ ਉਹਨਾਂ ਨੂੰ ਚਲੇ ਜਾਓਗੇ? ਜਾਂ ਉਹਨਾਂ ਦੀ ਕੁੜੀਆਂ ਦੇ ਉੱਤੇ ਤੁਸੀਂ ਸਿਰਫ ਕੱਪੜਿਆਂ ਦੇ ਉੱਤੇ ਇੱਕ ਟਿੱਪਣੀਆਂ ਹੀ ਕਰਦੇ ਰਹੋਗੇ? ਤੁਸੀਂ ਆਹ ਕਿਉਂ ਪਾਇਆ ਹੋਇਆ? ਇਹ ਘਰ ਦਾ ਮਸਲਾ ਨਹੀਂ ਹੈ, ਨਾ ਹੀ ਸਟੂਡੈਂਟਸ ਇਹਨਾਂ ਦੇ ਘਰ ਦੇ ਨੇ। ਸਟੂਡੈਂਟਸ ਇੱਥੇ ਆਉਂਦੇ ਨੇ ਯੂਨੀਵਰਸਿਟੀ ਦੇ ਅੰਦਰ ਪੜ੍ਹਨ ਦੇ ਲਈ ਆਉਂਦੇ ਨੇ, ਆਪਣਾ ਕੈਰੀਅਰ ਬਣਾਉਣ ਦੇ ਲਈ ਆਉਂਦੇ ਨੇ। ਐਂਡ ਉਹ ਜਿਹੜੇ ਸਟੂਡੈਂਟਸ ਨੇ ਬੜੇ ਸਮਝਦਾਰ ਸਟੂਡੈਂਟਸ ਨੇ, ਉਹਨਾਂ ਨੇ ਕੋਈ ਐਸਾ ਵਾਇਲੈਂਟ ਕੋਈ ਕੰਮ ਨਹੀਂ ਸੀ ਕੀਤਾ। ਦੇ ਵਾਂਟਡ ਕਿ ਪੀਸਫੁਲ ਟਾਕ ਹੋਈ ਜਾਵੇ ਇਹਨਾਂ ਦੇ ਨਾਲ, ਐਂਡ ਦੇ ਡਿਮਾਂਡਡ ਕਿ ਇਹ ਵੀ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਕੀਤਾ ਗਿਆ, ਇਮੀਡੀਏਟਲੀ ਰਿਮੂਵ ਕਰ ਦੇਣਾ ਚਾਹੀਦਾ। ਪਰ ਮੈਂ ਫਿਰ ਵੀ ਇਹਨਾਂ ਦੀ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦੀ ਸ਼ਾਇਦ ਰਿਕਮੈਂਡੇਸ਼ਨ ਦੇ ਜਿਹੜੀ ਕਮੇਟੀਜ਼ ਫਾਰਮ ਕਰਕੇ ਇਸ ਚੀਜ਼ ਨੂੰ ਸੋਲਵ ਕਰ ਲੈਣ। ਬਟ ਆਈ ਥਿੰਕ ਦ ਵੀਸੀ ਇਜ਼ ਨਾਟ ਵਰਥ ਬੀਂਗ ਹੇਅਰ, ਕਿਉਂਕਿ ਇਹਨਾਂ ਨੇ ਐਡਮੈਂਟ ਰਹੇ ਨੇ ਉਸ ਚੀਜ਼ ਦੇ ਉੱਤੇ। ਤੁਸੀਂ ਜਦੋਂ ਵੀਸੀ ਨਾਲ ਗੱਲਬਾਤ ਕੀਤੀ, ਅੱਜ ਵੀ ਕੱਲ ਵੀ, ਤੁਹਾਨੂੰ ਵੀਸੀ ਦਾ ਐਟੀਟਿਊਡ ਕਿਵੇਂ ਲੱਗਾ? ਕਿਉਂਕਿ ਤੁਸੀਂ ਤਾਂ ਆਬਜ਼ਰਵ ਬੜੀ ਚੰਗੇ ਤਰੀਕੇ ਦੇ ਨਾਲ ਕਰ ਲੈਂਦੇ ਹੋ, ਐਟੀਟਿਊਡ ਹੈ, ਈਗੋ ਹੈ, ਜਾਂ ਵੀਸੀ ਹੋਣ ਦੀ ਪਾਵਰ ਦੀ ਧੌਂਸ ਹੈ, ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਛੋਟੀ ਮੋਟੀ ਗੱਲ ਹੈ, ਕੋਈ ਏਡਾ ਮਸਲਾ ਨਹੀਂ? ਐਵਰੀਥਿੰਗ ਜੋ ਤੁਸੀਂ ਕਿਹਾ ਉਹ ਸਾਰਾ ਕੁਝ ਸੀਗਾ। ਉਹਨਾਂ ਦੀ ਈਗੋ ਵੀ ਬੜੀ ਸੀਗੀ ਔਰ ਉਹ ਇੱਕੋ ਚੀਜ਼ ਤੇ ਅੜ ਰਹੇ ਕਿ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਕਹੀ ਹੈ। ਔਰ ਇਹ ਜਿਹੜੇ ਸਟੂਡੈਂਟਸ ਮੈਨੂੰ ਕਹਿੰਦੇ ਨੇ ਕਿ ਸਾਡੇ ਪੇਰੈਂਟਸ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਪਵਾ ਰਹੇ ਨੇ ਇਹ ਲੋਕ, ਔਰ ਸਾਡੇ ਪੇਰੈਂਟਸ ਨੂੰ ਇੱਦਾਂ ਤੰਗ ਕਰ ਰਹੇ ਨੇ, ਬੰਦ ਕਰ ਰਹੇ ਨੇ। ਸਟੂਡੈਂਟਸ ਦਾ ਇੱਥੇ ਤੱਕ ਵੀ ਡਰ ਸੀਗਾ, ਉਹ ਆਪਣੇ ਚਿਹਰੇ ਛੁਪਾ ਰਹੇ ਸੀ, ਆਪਣਾ ਕੁਝ ਪਿੱਛੇ ਪਿੱਛੇ ਡਰ ਦੇ ਮਾਰੇ ਜਾ ਰਹੇ ਸੀ ਕਿ ਸਾਨੂੰ ਇਹਨਾਂ ਨੇ ਕਾਲਜ ਚੋਂ ਕੱਢ ਦੇਣਾ ਹੈ। ਮੈਂ ਉਹਨਾਂ ਨੂੰ ਭਰੋਸਾ ਦਿਲਾਇਆ ਕਿ ਕੋਈ ਤੁਹਾਨੂੰ ਨਹੀਂ ਕੱਢੇਗਾ, ਇਹ ਤੁਹਾਡਾ ਹੱਕ ਹੈ, ਤੁਹਾਡਾ ਰਾਈਟ ਹੈ ਪ੍ਰੋਟੈਸਟ। ਕਿੰਨੇ ਕੁ ਸਟੂਡੈਂਟ ਨੇ ਜਿਹੜੇ ਤੁਹਾਡੇ ਕੋਲ ਸ਼ਿਕਾਇਤ ਲੈ ਕੇ? ਉੱਥੇ ਜਦੋਂ ਮੈਂ ਗਈ ਸੀ ਉੱਥੇ ਅਬਾਊਟ 800 ਸਟੂਡੈਂਟਸ ਨੇ ਜਿਹੜੇ ਹੈਗੇ ਸੀ ਉੱਥੇ, ਔਰ ਉਹਨਾਂ ਨੇ ਸਭ ਨੇ ਇਹ ਗੱਲ ਕਹੀ ਕਿ ਮੈਡਮ ਸਾਨੂੰ ਇਹ ਕੱਢ ਨਾ ਦੇਣ ਕਿਤੇ। ਕਿਉਂ ਕੱਢਣਗੇ? ਸਟੂਡੈਂਟਸ ਆਪਣਾ ਰਾਈਟ ਹੈ, ਲੜਕੀਆਂ ਦਾ ਆਪਣਾ ਰਾਈਟ ਹੈ ਪ੍ਰਾਈਵੇਸੀ ਦਾ। ਤੁਸੀਂ ਅਗਰ ਇਸ ਤਰੀਕੇ ਦੇ ਨਾਲ ਬਿਹੇਵ ਕਰੋਗੇ ਤੇ ਆਈ ਥਿੰਕ ਦੇਅਰ ਰਾਈਟ ਇਜ਼ ਐਬਸੋਲੂਟਲੀ, ਡਿਮਾਂਡ ਇਜ਼ ਕਰੈਕਟ ਦੈਟ ਦੇ ਵਾਂਟ ਟੂ ਰਿਮੂਵ ਦਾ ਵੀਸੀ। ਰਾਸ਼ਟਰਪਤੀ ਨੂੰ ਚਿੱਠੀ ਲਿਖੀ ਮੁੱਖ ਮੰਤਰੀ ਨੂੰ, ਤੁਸੀਂ ਕਹਿ ਰਹੇ ਹੋ ਸੀਸੀ ਕੀਤਾ, ਕੀ ਡੀਜੀ ਪੰਜਾਬ ਨੂੰ ਤੁਸੀਂ ਕੋਈ ਮੰਗ ਲਿਖੋਗੇ ਜਾਂ ਕਹੋਗੇ ਕਿ ਇਹ ਮੁਕੱਦਮਾ ਦਰਜ ਹੋਵੇ ਜਾਂ ਇਸ ਦੀ ਜਾਂਚ ਡੀਜੀ ਲੈਵਲ ਦੇ ਉੱਤੇ ਕੀਤੀ ਜਾਵੇ? ਦੇਖੋ, ਜਿਹੜੀ ਹਰ ਚੀਜ਼ ਦਾ ਐਕਸ਼ਨ ਦਾ ਨਾ ਕੁਝ ਇੱਕ ਪ੍ਰੋਸੈਸ ਜਿਹਾ ਹੁੰਦਾ। ਫਸਟ ਇਹਨਾਂ ਦਾ ਫੇਲ ਹੋ ਗਿਆ ਡਾਇਲੋਗ, ਸੈਕੰਡਲੀ ਆਈ ਹੈਵ ਰਿਟਨ ਦਿਸ ਲੈਟਰ, ਸੋ ਲੈਟਸ ਵੇਟ ਕਿੱਦਾਂ ਕੀ ਰਿਐਕਸ਼ਨ ਹੁੰਦਾ ਵੀਸੀ। ਆਪਣੇ ਮੇਰਾ ਤੇ ਰਿਕਮੈਂਡੇਸ਼ਨ ਇਹ ਹੈ ਕਿ ਵੀਸੀ ਸਾਹਿਬ ਨੂੰ ਖੁਦ ਹੀ ਰਿਜ਼ਾਈਨ ਦੇ ਦੇਣਾ ਚਾਹੀਦਾ, ਔਰ ਇਸ ਤੋਂ ਬਾਅਦ ਅਗਰ ਕੋਈ ਹੋਰ ਅੱਗੇ ਹੈ ਕੀ ਐਕਸ਼ਨ ਹੋਣਾ ਚਾਹੀਦਾ, ਦੈਟ ਵਿਲ ਬੀ ਦ ਥਰਡ ਸਟੈਪ। ਗੱਲ ਸਿਰਫ ਕੱਪੜੇ ਛੋਟੇ ਪਾਉਣ ਦੇ ਕਮੈਂਟ ਨੂੰ ਲੈ ਕੇ ਹੈ ਜਾਂ ਫਿਰ ਉਹ ਕਿਉਂ ਗਏ ਉਹਨਾਂ ਕਮਰਿਆਂ ਦੇ ਵਿੱਚ, ਇਸ ਗੱਲ ਨੂੰ ਇਤਰਾਜ਼ ਹੈ, ਜਾਂ ਫਿਰ ਪਿਛਲੇ ਸਮੇਂ ਚ ਕੁਝ ਹੋਰ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਨਿੱਜੀ ਤੌਰ ਤੇ, ਇਹ ਮਸਲਾ ਹੈ ਜਾਂ ਕੀ ਕੁਝ ਮਸਲਾ? ਦੇਖੋ, ਪਿਛਲੇ ਵਾਲਾ ਤਾਂ ਕੋਈ ਮੇਰੇ ਨਾਲ ਗੱਲ ਨਹੀਂ ਹੋਈ ਸੀ, ਮੇਰੀ ਆਹੀ ਗੱਲ ਹੋਈ ਸੀਗੀ ਜਿਹਦੇ ਪਿੱਛੇ ਕੁੜੀਆਂ ਨੇ ਉਹ ਰੋ ਵੀ ਰਹੀਆਂ ਸੀਗੀਆਂ ਕਿ ਵੀਸੀ ਨੇ ਸਾਨੂੰ ਇਸ ਤਰੀਕੇ ਦੇ ਕਮੈਂਟ ਪਾਸ ਕੀਤੇ ਨੇ ਵਿਦ। ਮੈਂ ਹੁਣ ਤੁਹਾਨੂੰ ਉਸ ਤਰੀਕੇ ਦੇ ਨਹੀਂ ਗੱਲ ਕਹਿ ਸਕਦੀ ਹਾਂ, ਮਗਰ ਕੱਪੜਿਆਂ ਨੂੰ ਲੈ ਕੇ ਵੀ ਗੱਲ ਕੀਤੀ ਗਈ ਉਹਨਾਂ ਦੇ, ਔਰ ਉਹਨਾਂ ਨੂੰ ਪਰੇਸ਼ਾਨੀ ਸੀ ਕਿ ਜਦੋਂ ਅਸੀਂ ਕੋਈ ਬਾਥਰੂਮ ਚ ਹੈ, ਕੋਈ ਨਾ ਰਿਹਾ, ਕੋਈ ਕੁੜੀ ਕੁਛ ਹੈ, ਤੇ ਵੀਸੀ ਸਾਡੇ ਕਮਰੇ ਚ ਕਿਉਂ ਆਇਆ ਉਸ ਟਾਈਮ? ਕਿਉਂਕਿ ਇਹ ਖੁਦ ਲੋਅ ਡਿਪਾਰਟਮੈਂਟ ਦੇ ਸਟੂਡੈਂਟ ਨੇ, ਔਰ ਅਮੂਮਨ ਜਦੋਂ ਮਸਲਾ ਇਸ ਤਰੀਕੇ ਦੇ ਨਾਲ ਆਉਂਦਾ ਹੈ, ਕੀ ਇਹਨਾਂ ਦੀ ਵੀ ਕੋਈ ਪਲੈਨਿੰਗ ਹੈ ਕਿ ਹਾਈ ਕੋਰਟ ਜਾਂ ਕਿਤੇ ਪਟੀਸ਼ਨ ਜਿਹੜੀ ਉਹ ਪਾਈ ਜਾਵੇ ਜਾਂ ਕਿਤੇ ਕੋਈ PIL ਪਾਈ ਜਾਵੇ? ਦੇਖੋ, ਡੈਫੀਨੇਟਲੀ ਅਗਰ ਤੁਸੀਂ ਗਰਲ ਦੀ ਮੋਡੈਸਟੀ ਦੇ ਉੱਤੇ ਜਾਂ ਇਸ ਤਰੀਕੇ ਦੇ ਨਾਲ ਕੋਈ ਵਾਇਲੇਸ਼ਨ ਹੁੰਦੀ ਹੈ, ਉਹ ਆਪਣੇ ਆਪ ਇਹ ਦੇਖਣਗੇ। ਉਹ ਜਿਹੜੀ ਉਹਨਾਂ ਦੀ ਬਣੀ ਹੋਈ ਕੰਸਟੀਟਿਊਟ ਕੀਤੀ ਹੋਈ, ਉਹਨਾਂ ਨੇ ਆਪਣੀ ਕਮੇਟੀ, ਉਹ ਡਿਸਾਈਡ ਕਰਨਗੇ ਕਿ ਅੱਗੇ ਕੀ ਫਰਦਰ ਹੈ। ਕਈ ਵਾਰ ਅਜਿਹਾ ਵੀ ਹੁੰਦਾ ਜਦੋਂ ਵੀਸੀ ਦੀ ਈਗੋ ਜਾਂ ਨੱਕ ਤੇ ਸਵਾਲ ਆਵੇ ਤਾਂ ਜਿਵੇਂ ਸਟੂਡੈਂਟ ਤੁਸੀਂ ਕਿਹਾ ਡਰ ਰਹੇ ਨੇ ਕਿ ਕਾਲਜ ਤੋਂ ਬਾਹਰ ਕਰ ਦਿੱਤਾ ਜਾਏਗਾ, ਹੋ ਸਕਦਾ 2-4-6 ਮਹੀਨਿਆਂ ਚ ਮਸਲਾ ਠੰਡਾ ਪਵੇ,
ਤਾਂ ਫਿਰ ਵੀਸੀ ਕਿਸੇ ਸਟੂਡੈਂਟ ਨੂੰ ਟਾਰਗੇਟ ਵੀ ਕਰ ਸਕਦੇ ਆ ਕਾਲਜ ਤੋਂ ਬਾਹਰ ਕੱਢ ਕੇ? ਨਹੀਂ ਦੇਖੋ, ਇਸ ਤਰੀਕੇ ਦੇ ਨਾਲ ਤਾਂ ਕੋਈ ਨਹੀਂ ਕਰ ਸਕਦਾ। ਆਫਟਰ ਆਲ ਡੈਮੋਕਰੇਸੀ ਹੈ ਪੂਰੀ, ਸਭ ਨੂੰ ਹੱਕ ਹੈ। ਅਗਰ ਕਿਸੇ ਨੂੰ ਤੁਸੀਂ ਕੁਛ ਏਦਾਂ ਤੰਗ ਕੀਤਾ ਆ, ਉਹਨੇ ਜਵਾਬ ਤੇ ਦੇਣਾ ਹੀ ਆ, ਉਹਨੇ ਪ੍ਰੋਟੈਸਟ ਤੇ ਕਰਨਾ ਹੀ ਆ ਅੱਗੇ, ਤੇ ਉਹਦਾ ਮਤਲਬ ਇਹ ਥੋੜਾ ਕਿ ਤੁਸੀਂ ਉਹਨੂੰ ਕੱਢ ਦੋਗੇ ਉੱਥੇ। ਕਾਂਗਰਸ ਦੇ ਬਹੁਤ ਸਾਰੇ ਲੀਡਰ ਪ੍ਰਿਯੰਕਾ ਗਾਂਧੀ ਤੱਕ ਇਸ ਮਸਲੇ ਦੇ ਉੱਤੇ ਸਟੇਟਮੈਂਟ ਦਿੰਦੇ ਹੋਏ ਨਜ਼ਰ ਆਏ ਨੇ। ਡੈਫੀਨੇਟਲੀ ਹਰ ਕੋਈ ਕਹੇਗਾ, ਜਦੋਂ ਕਿਸੇ ਗਰਲ ਦੀ ਮੋਡੈਸਟੀ ਦੇ ਉੱਤੇ ਆ ਜਾਂਦਾ, ਐਵਰੀਬਡੀ ਵਿਲ ਸੇ। ਬਟ ਇਹ ਗੱਲ ਹੈਗੀ ਕਿ ਜਦੋਂ ਮੈਂ ਉੱਥੇ ਗਈ ਆ, ਮੈਂ ਖੁਦ ਸੁਣਿਆ ਸਾਰੇ ਸਟੂਡੈਂਟਸ ਨੂੰ ਔਰ ਵੀਸੀ ਨੂੰ ਵੀ ਦੇਖਿਆ ਇਸ ਤਰੀਕੇ ਦੇ ਨਾਲ ਕਿ ਈਗੋ ਪ੍ਰੋਬਲਮ ਬਹੁਤ ਜ਼ਿਆਦਾ ਸੀ ਉਹਨਾਂ ਦੇ ਅੰਦਰ। ਮੇਰਾ ਖਿਆਲ ਹੈ ਕਿ ਐਸਦਾ ਜੋ ਹੈ ਵੀਸੀ ਨੂੰ ਰੱਖਣਾ ਹੀ ਨਹੀਂ ਚਾਹੀਦਾ ਉੱਥੇ। ਬਹੁਤ ਬਹੁਤ ਧੰਨਵਾਦ। ਤਾਂ ਹੁਣ ਇਹ ਮਸਲਾ ਰਾਸ਼ਟਰਪਤੀ ਤੱਕ ਪਹੁੰਚਿਆ, ਮੰਗ ਕੀਤੀ ਜਾ ਰਹੀ ਹੈ ਕਿ ਵੀਸੀ ਨੂੰ ਤੁਰੰਤ ਪ੍ਰਭਾਵ ਤੋਂ ਬਦਲ ਦਿੱਤਾ ਜਾਵੇ, ਹਟਾ ਦਿੱਤਾ ਜਾਵੇ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਮੋਹਾਲੀ।